ਬਿਸਮਿਲ੍ਲਾਹ ਰਹਿਮਾਨ ਰਹੀਮ। ਤੁਹਾਨੂੰ ਜੀ ਅੱਜ ਭਾਈਆਂ ਨੂੰ ਸਭ ਨੂੰ ਅਸਲਾਮ ਅਲੈਕਮ ਪਹਿਲੇ ਨੰਬਰ 'ਤੇ। ਦੂਜੇ ਨੰਬਰ 'ਤੇ ਜਨਾਬ ਤੁਹਾਨੂੰ ਇੱਕ ਅਸੀਂ ਆ ਤਾਰਫ ਕਰਾਉਣ ਲੱਗੇ ਹਾਂ ਵੈਲਫੇਅਰ ਸੁਸਾਇਟੀ ਦਾ। ਹਾਂਜੀ, ਵੈਲਫੇਅਰ ਸੁਸਾਇਟੀ ਸਾਡੀ 2014 ਤੋਂ ਸ਼ੁਰੂ ਹੋਈ ਹੈ। ਇਹਦੇ ਚੇਅਰਮੈਨ ਸਨ ਅਲੀ ਜ਼ੁਬੈਰ ਵੜੈਚ। ਹਾਂਜੀ, ਉਸ ਤੋਂ ਬਾਅਦ ਜਿਸ ਟਾਈਮ ਬਾਹਰ ਗਏ ਨੇ ਉਹ ਸਾਨੂੰ ਚੇਅਰਮੈਨ ਦੇ ਗਏ ਸਨ ਸੁਲਤਾਨ ਹੈਦਰ ਵੜੈਚ। ਹਾਂਜੀ, ਇਹ ਸਾਰਾ ਕੁਝ ਉਸ ਤੋਂ ਬਾਅਦ ਅੱਲਾਹ ਦੀ ਮਿਹਰਬਾਨੀ ਨਾਲ ਕਰ ਰਹੇ ਨੇ, ਔਰ ਬੜਾ ਅੱਲਾਹ ਤਾਲਾ ਦਾ ਫਜ਼ਲ ਹੈ ਸਾਡੇ 'ਤੇ ਕਿ ਸਾਨੂੰ ਅੱਲਾਹ ਤਾਲਾ ਤਾਕਤ ਦਿੱਤੀ ਹੈ ਇਹਨਾਂ ਸਾਰੀ ਸੁਸਾਇਟੀ ਨੂੰ। ਇਸ ਸੁਸਾਇਟੀ ਦੇ ਮੈਂਬਰ ਸਾਰੇ ਬੈਠੇ ਨੇ, ਕੁਝ ਆ ਗਏ ਨੇ, ਕੁਝ ਆ ਨਹੀਂ ਸਕੇ, ਜੇ ਅੱਪੜ ਨਹੀਂ ਸਕੇ, ਤਾਂ ਕਿ ਸਾਨੂੰ ਘਰ ਅਸੀਂ ਨਾ ਸੌਦਾ ਵਰਤਾਉਣਾ, ਇਸ ਵਾਸਤੇ ਪੂਰੇ ਨਹੀਂ ਇਕੱਠੇ ਹੋ ਸਕੇ। ਇਹ ਜਨਾਬ ਅਸੀਂ 2014 ਤੋਂ ਲੈ ਕੇ ਅਤੇ ਅੱਜ ਤੱਕ ਹਰ ਰਮਜ਼ਾਨ ਦੇ ਵਿੱਚ ਇਹ ਅਲੀ ਜ਼ੁਬੈਰ ਸਾਹਿਬ ਔਰ ਸੁਲਤਾਨ ਸਾਹਿਬ ਔਰ ਬਾਕੀ ਇਹਨਾਂ ਦਾ ਇਨਸਾਫ ਹੈ ਸੁਸਾਇਟੀ ਸਾਰੀ ਦਾ, ਇਹ ਜੀ ਆ ਮਾੜਿਆਂ ਬੰਦਿਆਂ ਨਾਲ ਤਾਮਨ ਕਰਦੇ ਨੇ, ਔਰ ਰਮਜ਼ਾਨ ਵਿੱਚ ਹਰ ਬੰਦੇ ਮਾੜੇ ਦੇ ਘਰ ਕੋਈ ਬੇਵਾ ਹੋਵੇ ਜਾਂ ਜਿਕਣ ਦਾ ਵੀ ਕੋਈ ਮਾੜਾ ਜਿਹੜਾ ਕੋਈ ਸਾਨੂੰ ਪਤਾ ਹੋਵੇ ਕਾਸਮਾਬਾਦ ਦੇ ਅੰਦਰ, ਉਹਨੂੰ ਅਸੀਂ ਇਹ ਰਮਜ਼ਾਨ ਵਿੱਚ ਇੱਕ ਇੱਕ ਪੈਕਟ ਜਿਹੜਾ ਉਹਨੂੰ ਅਤਾ ਕਰਨੇ ਹਾਂ, ਉਹਦੇ ਘਰ ਤੱਕ ਪੜਾਉਂਦੇ ਹਾਂ, ਤਾਂ ਕਿ ਉਹ ਆਪਣੀ ਈਦ ਅੱਛੇ ਤਰੀਕੇ ਨਾਲ ਗੁਜ਼ਾਰ ਸਕੇ ਔਰ ਬੱਚਿਆਂ ਵਿੱਚ ਖੁਸ਼ਹਾਲ ਹੋਵੇ। ਅਤੇ ਸਾਡੇ ਹੀ ਦੁਆ ਹੈ ਕਿ ਜੇ ਮਾੜੇ ਬੰਦੇ ਖੁਸ਼ ਰਹਿਣ ਅਤੇ ਅੱਲਾਹ ਤਾਲਾ ਸਾਡੇ 'ਤੇ ਖੁਸ਼ ਰਹੇ, ਅੱਲਾਹ ਪਾਕ ਦੀ ਮਿਹਰਬਾਨੀ ਨਾਲ ਸਾਡਾ ਪਿੰਡ ਖੁਸ਼ਹਾਲ ਰਹੇ, ਔਰ ਕਾਸਮਾਬਾਦ 'ਤੇ ਅੱਲਾਹ ਪਾਕ ਆਪਣੀਆਂ ਖਾਸ ਰਹਿਮਤਾਂ ਕਰਨ। ਔਰ ਅਸੀਂ ਬੜੇ ਮਸ਼ਕੂਰ ਹਾਂ ਜਨਾਬ ਇਸ ਵੈਲਫੇਅਰ ਸੁਸਾਇਟੀ ਨਾਲ ਜਿਹੜੇ ਤਾਮਨ ਕਰਦੇ ਨੇ ਪਏ ਔਰ ਜਿਹੜੇ ਅੱਗੋਂ ਵੀ ਕਰਨ ਦੇ, ਔਰ ਵੈਲਫੇਅਰ ਸੁਸਾਇਟੀ ਕਾਮਯਾਬੀ ਦਾ ਨਾਂ ਹੈ, ਔਰ ਕਾਮਯਾਬੀ ਇਨਸ਼ਾਅੱਲਾ ਅਸੀਂ ਸ਼ੁਰੂ ਤੋਂ ਕਰਦੇ ਆਏ ਹਾਂ। ਔਰ ਪਿੰਡ ਵਿੱਚ ਕਾਸਮਾਬਾਦ ਦੇ ਅੰਦਰ ਕੋਈ ਗਲੀ ਜਾਂ ਕੋਈ ਨਾਲੀ ਜਾਂ ਕੋਈ ਟੁੱਟੀ ਹੈ, ਰਸਤੇ 'ਚ ਪਾਣੀ ਜਾ ਰਿਹਾ, ਅਤੇ ਉਹ ਆਖਰ ਸੁਲਤਾਨ ਸਾਹਿਬ ਉੱਥੇ ਸੀਮਿੰਟ ਖੜ ਕੇ ਅਤੇ ਨਾਲ ਬੰਦਾ ਖੜ ਕੇ ਉਹ ਗੱਡ ਕੇ ਆਉਂਦੇ ਨੇ। ਹਾਂਜੀ, ਇੱਕ ਦੋ ਰਸਤਾ ਜਿਹੜਾ ਬਿਹਤਰੀਨ ਜਿਹੜਾ ਵਧੀਆ ਬਣਾਇਆ ਕੰਕਰੀਟ ਪਾ ਕੇ, ਉਹ ਵੀ ਹੈ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਸਾਡੇ ਨਾਲ ਤਾਮਨ ਕੀਤਾ ਬੜਾ, ਔਰ ਵਿੱਚ ਬਹੁਤ ਸਾਰੇ ਸਾਥੀ ਨੇ ਪਿੰਡ ਤੋਂ ਬਾਹਰ ਦੇ ਵੀ ਜਿਨ੍ਹਾਂ ਸਾਡੇ ਨਾਲ ਤਾਮਨ ਕੀਤਾ। ਉਹਦੇ ਵਿੱਚ ਸਭ ਤੋਂ ਜ਼ਿਆਦਾ ਸਾਡੇ ਨਾਲ ਹੱਥ ਸੀ ਉਸਮਾਨ ਸੰਧੂ ਜਸੋ ਕੀ ਤੂੰ, ਉਹ ਵੀ ਵੈਲਫੇਅਰ ਸੁਸਾਇਟੀ ਦਾ ਹਿੱਸਾ ਨੇ ਜਨਾਬ। ਹਾਂਜੀ, ਉਸ ਤੋਂ ਬਾਅਦ ਜੀ ਦੱਸਦੇ ਸਾਂ ਵਾ ਫਲਾਣੀ ਥਾਂ ਨੂੰ ਟੁੱਟਿਆ ਉਹ ਬਣਾਈਏ, ਉਹ ਇਸ ਵਾਸਤੇ ਇਕੱਠੇ ਹੁੰਦੇ ਸਾਂ। ਉਸ ਤੋਂ ਬਾਅਦ ਅਸੀਂ ਇਹ ਵੀਡੀਓ ਵੀ ਚਾੜਨ ਲੱਗ ਪਏ ਹਾਂ, ਇਹ ਵੀ ਸਾਡੀਆਂ ਅੱਲਾਹ ਦੀ ਮਿਹਰਬਾਨੀ ਨਾਲ ਬੰਦੇ ਬੜੇ ਖੁਸ਼ ਨੇ, ਅਸੀਂ ਬੜੇ ਬੰਦਿਆਂ ਦੇ ਮਸ਼ਕੂਰ ਹਾਂ ਕਿ ਸਾਡੀਆਂ ਉਹ ਵੀਡੀਓ ਸੁਣਦੇ ਨੇ ਔਰ ਲਾਈਕ ਕਰਦੇ ਨੇ, ਔਰ ਅੱਲਾਹ ਤਾਲਾ ਸਭ ਨੂੰ ਸਿਹਤ ਤੰਦਰੁਸਤੀ ਅਤਾ ਫਰਮਾਏ। ਅਸਲਾਮ ਅਲੈਕੁਮ।